ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਕਹਿੰਦੇ ਨੇ ਕਿਸੇ ਵੀ ਇਲਾਕੇ ਦੇ ਚਾਨਣ ਮੁਨਾਰੇ ਉੱਥੋਂ ਦੀਆਂ ਵਿੱਦਿਅਕ ਸੰਸਥਾਵਾਂ ਹੁੰਦੀਆਂ ਨੇ। ਸੋ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੋਂ ਦੀ ਇੱਕ ਬਹੁਤ ਹੀ ਖਾਸ ਵਿਲੱਖਣ ਥਾਂ ਰੱਖਣ ਵਾਲੀ ਵਿੱਦਿਅਕ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ, ਜਿਸ ਦਾ ਬਹੁਤ ਹੀ ਮਾਣ ਮੱਤਾ ਇਤਿਹਾਸ ਨੇ ਔਰ ਇਸ ਦੇ ਵਿੱਚ ਕੀ ਸੁਵਿਧਾਵਾਂ ਨੇ, ਕਿਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਇੱਥੇ ਪੜ੍ਹਾਇਆ ਜਾਂਦਾ, ਉਹਨਾਂ ਨੂੰ ਥਿਊਰੀ ਦੇ ਨਾਲ ਪ੍ਰੈਕਟੀਕਲ ਨੌਲੇਜ ਦਿੱਤੀ ਜਾਂਦੀ, ਹੋਸਟਲ ਦੀਆਂ ਕੀ ਫੈਸਿਲਿਟੀ, ਸਪੋਰਟਸ ਕੀ ਹੈ, ਸੋ ਸਾਰਾ ਕੁਛ ਅਸੀਂ ਇਸ ਸੰਸਥਾ ਬਾਰੇ ਅੱਜ ਜਾਣਾਂਗੇ। ਔਰ ਇਸ ਸੰਸਥਾ ਬਾਰੇ ਸਾਨੂੰ ਜਾਣਕਾਰੀ ਦੇਣ ਵਾਸਤੇ ਅਸੀਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਾਹਲ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਸਭ ਤੋਂ ਪਹਿਲਾਂ ਸਾਨੂੰ ਇਸ ਕਾਲਜ ਦੇ ਜਿਹੜਾ ਪਿਛੋਕੜ ਹੈ ਤਾਂ ਮਾਣ ਮੱਤਾ ਇਤਿਹਾਸ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਰੂਬਰੂ ਕਰਾਓ। ਸਭ ਤੋਂ ਪਹਿਲਾਂ ਪਿਆਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਾਲਸਾ ਕਾਲਜ ਅੰਮ੍ਰਿਤਸਰ 1892 ਵਿੱਚ ਇਹ ਸ਼ੁਰੂ ਹੋਇਆ ਔਰ ਇਹਦੇ ਸ਼ੁਰੂ ਹੋਣ ਦੇ ਪਿੱਛੇ ਮਤਲਬ ਉਸ ਵੇਲੇ ਸਾਡੇ ਵਡੇਰਿਆਂ ਬਜ਼ੁਰਗਾਂ ਦਾ ਬਹੁਤ ਵੱਡਾ ਮਕਸਦ ਸੀ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਲੇ ਜਾਂਦਾ ਹੈ ਅਤੇ ਇੱਥੇ ਅੰਗਰੇਜ਼ੀ ਰਾਜ ਆ ਜਾਂਦਾ ਅਤੇ ਬਹੁਤ ਸਾਰੀ ਅੰਗਰੇਜ਼ੀ ਵਿੱਦਿਆ ਦੇ ਨਾਲ ਨਾਲ ਉਹ ਸਾਡਾ ਕਲਚਰ, ਸਾਡਾ ਰਿਲੀਜਨ ਉੱਤੇ ਵੀ ਵੈਸਟਰਨ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ। ਇਸ ਸਾਰੇ ਕੁਝ ਨੂੰ ਦੇਖਦੇ ਹੋਏ ਸਾਡੇ 'ਚ ਸਿੰਘ ਸਭਾ ਲਹਿਰ, ਚੀਫ ਖਾਲਸਾ ਦੀਵਾਨ ਵਰਗੀਆਂ ਸਾਡੀਆਂ ਸੰਸਥਾਵਾਂ ਪੈਦਾ ਹੋਈਆਂ ਜਿਨ੍ਹਾਂ ਦੇ ਮਤਲਬ ਵਿੱਦਿਅਕ ਅਦਾਰੇ ਖੋਲ੍ਹਣ ਬਾਰੇ ਇੱਕ ਬਹੁਤ ਵੱਡੀ ਇੱਕ ਲਹਿਰ ਮੁਹਿੰਮ ਚਲਾਈ ਜਿਹਦੇ ਵਿੱਚੋਂ ਹੀ ਇਹ ਸਾਡਾ ਖਾਲਸਾ ਕਾਲਜ ਸਥਾਪਿਤ ਹੁੰਦਾ ਔਰ ਇੱਥੇ ਕਲਾਸਾਂ 1897 'ਚ ਸ਼ੁਰੂ ਹੁੰਦੀਆਂ। ਇਹ ਜਿਹੜੀ ਮੇਨ ਵੱਡੀ ਇਤਿਹਾਸਿਕ ਬਿਲਡਿੰਗ ਆ ਇਹ 1904 'ਚ ਸ਼ੁਰੂ ਹੁੰਦੀ ਆ। ਇਹਦੇ 'ਚ 1911 'ਚ ਕਲਾਸਾਂ ਥੱਲੜੇ ਫਲੋਰ 'ਤੇ ਸ਼ੁਰੂ ਹੋ ਜਾਂਦੀਆਂ ਨੇ ਪਰ ਇਹ 1917'ਚ 13 ਸਾਲ 'ਚ ਕੰਪਲੀਟ ਹੁੰਦੀ ਹੈ ਔਰ ਇਹ ਇੱਕੋ ਇੱਕ ਐਸਾ ਕਾਲਜ ਆ ਜਿਹਦੇ ਸੈਂਟਰ ਦੇ ਵਿੱਚ ਪਿੱਛੇ ਗੁਰਦੁਆਰਾ ਸਾਹਿਬ। ਕੋਈ 700 ਏਕੜ ਜ਼ਮੀਨ ਖਰੀਦੀ ਗਈ ਜਿਹਦੇ ਵਿੱਚ ਹੁਣ ਸਾਡੇ ਕੋਲ ਖਾਲਸਾ ਕਾਲਜ ਕੋਲ ਗੁਰੂ ਨਾਨਕ ਦੇਵ ਯੂਨੀਵਰਸਿਟੀ 1969 ਜਿਹੜੀ ਸ਼ੁਰੂ ਹੁੰਦੀ ਆ ਅਤੇ ਇਹ ਖਾਲਸਾ ਕਾਲਜ ਨੇ ਹੀ ਉਹਨਾਂ ਨੂੰ ਵੀ ਜ਼ਮੀਨ ਦਿੱਤੀ ਸੀ ਪਰ ਅਜੇ ਵੀ ਸਾਡੇ ਕੋਲ 330 ਏਕੜ ਜ਼ਮੀਨ ਦੇ ਵਿੱਚ ਸਾਡਾ ਸਾਰਾ ਕੈਂਪਸ ਫੈਲਿਆ ਹੋਇਆ ਅਤੇ ਇਹਦਾ ਮਕਸਦ ਉਸ ਵੇਲੇ ਸੀ ਇੱਕ ਤਾਂ ਉਸ ਸਮੇਂ ਦੀ ਵਿਗਿਆਨਕ ਵਿੱਦਿਆ ਦੇਣਾ, ਦੂਸਰਾ ਆਪਣੇ ਧਰਮ ਅਤੇ ਆਪਣੇ ਸੱਭਿਆਚਾਰ, ਆਪਣੇ ਇਤਿਹਾਸ ਪ੍ਰਤੀ ਜਾਗਰਤ ਹੋਣਾ। ਅਸੀਂ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਸਾਰੇ ਗੁਰਪੁਰਬ ਮਨਾਉਂਦੇ ਹਾਂ, ਆਰੰਭ ਆਪਣਾ ਆਰੰਭਕ ਅਰਦਾਸ ਨਾਲ ਕਰਦੇ ਹਾਂ, ਸ਼ੁਕਰਾਨਾ ਦਿਵਸ ਮਨਾਉਂਦੇ ਹਾਂ, ਸਾਡੇ ਹੋਸਟਲਾਂ ਦੇ ਵਿੱਚ ਵੀ ਇਹ ਮਤਲਬ ਬੱਚਿਆਂ ਲਈ ਪਾਠ ਪੂਜਾ ਦੀ ਸਾਰੀ ਉਹਨਾਂ ਲਈ ਸੁਵਿਧਾ ਹੈ। ਈਵਨ ਸਾਡੇ ਕੋਲ ਜੰਮੂ ਕਸ਼ਮੀਰ ਸ਼੍ਰੀਨਗਰ ਤੋਂ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਨਮਾਜ਼ ਅਦਾ ਕਰਨ ਲਈ ਵੀ ਇੱਕ ਕਮਰਾ ਮਿਲਿਆ ਹੋਇਆ ਹੋਸਟਲ ਦੇ ਵਿੱਚ ਔਰ ਇੱਥੇ ਇਹ ਸਾਡੇ ਮੇਨ ਗੁਰਦੁਆਰਾ ਸਾਹਿਬ ਸਵੇਰੇ ਬੱਚੇ ਬਹੁਤ ਸਾਰਾ ਸਟਾਫ ਵੀ ਜਦੋਂ ਕਾਲਜ 'ਚ ਆਉਂਦੇ ਆ ਮੱਥਾ ਟੇਕਦੇ ਆਉਂਦੇ ਆ ਮਤਲਬ ਬੰਦਾ ਪਰਮਾਤਮਾ ਦੀ ਓਟ ਆਸਰੇ ਨਾਲ ਔਰ ਇਹ ਜਿਹੜੀ ਸਾਰੀ ਇਮਾਰਤ ਆ ਜੇ ਇਹ ਪੁਰਾਣੀ ਜਿਹੜੀ ਸਾਡੀ ਵਿਰਾਸਤੀ ਇਮਾਰਤ ਆ ਜੇ ਇਹਦੇ ਬੂਹੇ ਬਾਰੀਆਂ ਖੁੱਲ੍ਹੇ ਹੋਣ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਨਜ਼ਰ ਆਏਗਾ। ਮਤਲਬ ਜਿਵੇਂ ਇਹ ਇੱਕ ਭਾਵਨਾ ਮਤਲਬ ਅੰਦਰ ਭਰਨ ਦੀ ਕੋਸ਼ਿਸ਼ ਕੀਤੀ ਗਈ ਵੀ ਵਿਦਿਆਰਥੀ ਜਿਹੜਾ ਇੱਥੇ ਪੜ੍ਹਨ ਵਾਲਾ ਉਹ ਕੇਵਲ ਵਿੱਦਿਆ ਹੀ ਨਾ ਹਾਸਲ ਕਰੇ ਨਾਲ ਇੱਕ ਸੇਵਾ ਭਾਵਨਾ ਦਾ ਮੈਸੇਜ ਵੀ ਲੈ ਕੇ ਜਾਏ ਜੀ। ਸੋ ਬਹੁਤ ਅਹਿਮ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਇੱਥੇ ਕੇਵਲ ਧਰਮ ਦੇ ਨਾਲ ਹੀ ਨਹੀਂ ਬਲਕਿ ਸਾਰੇ ਧਰਮਾਂ ਨੂੰ ਸਮਾਵੇਸ਼, ਇਸ ਤਰ੍ਹਾਂ ਅਗਰ ਮੁਸਲਿਮ ਬੱਚੇ ਪੜ੍ਹਦੇ ਆ ਤਾਂ ਉਹਨਾਂ ਲਈ ਨਮਾਜ਼ ਦੀ ਵੀ ਵਿਵਸਥਾ ਕੀਤਾ, ਉਹਨਾਂ ਵਾਸਤੇ ਬਕਾਇਦਾ ਦਿੱਤਾ ਗਿਆ ਉਹਨਾਂ ਨੂੰ ਕਮਰਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਸ ਸੰਸਥਾ ਨੂੰ ਕਿਤੇ ਨਾ ਕਿਤੇ ਵਿਲੱਖਣਤਾ ਜਿਹੜੀਆਂ ਪ੍ਰਦਾਨ ਕਰਦੀਆਂ। ਸੋ ਬਹੁਤ ਵਿਸ਼ਾਲ ਏਰੀਏ ਦੇ ਵਿੱਚ ਫੈਲਿਆ ਹੋਇਆ ਕਾਲਜ ਔਰ ਅੰਮ੍ਰਿਤਸਰ ਜਿਹੜੀ ਗ੍ਰੈਂਡ ਟਰੰਕ ਰੋਡ ਹੈ ਜਿਹੜੀ ਪਾਕਿਸਤਾਨ ਨੂੰ ਜਾਂਦੀ, ਸੋ ਉਸ ਕੈਂਪਸ ਉਸ ਰੋਡ ਦੇ ਉੱਤੇ ਇਹ ਜਿਹੜਾ ਕੈਂਪਸ ਦੇਖਣ ਨੂੰ ਮਿਲਦਾ। ਸਰ, ਬਿਲਡਿੰਗ ਦੇ ਨਾਲ ਅਗਰ ਗੱਲ ਕਰੀਏ ਹੁਣ ਅਸੀਂ ਇਸ ਕਾਲਜ ਦੇ ਅਕੈਡਮਿਕਸ, ਇੱਥੇ ਕਿਹੜੇ ਕਿਹੜੇ ਕੋਰਸਿਸ ਮੌਜੂਦਾ ਦੌਰ ਦੇ ਵਿੱਚ ਜਿਹੜੇ ਚੱਲ ਰਹੇ ਆ, ਪਰੰਪਰਾਗਤ ਔਰ ਮਾਡਰਨ ਜਿਹੜੇ ਕੋਰਸਿਸ, ਉਹਨਾਂ ਦਾ ਸਮਾਵੇਸ਼ ਜਿਹੜਾ ਕਿਸ ਤਰੀਕੇ ਨਾਲ ਕਰਦੇ? ਇਹ ਮਤਲਬ ਆਰਟਸ BSC ਨਾਲ ਸ਼ੁਰੂ ਹੋਇਆ ਕਾਲਜ 1915 'ਚ, ਇੱਥੇ ਕਮਿਸਟਰੀ ਨੋਨ ਮੈਡੀਕਲ ਸ਼ੁਰੂ ਹੁੰਦੀ ਹੈ। 1931 'ਚ BSC ਐਗਰੀਕਲਚਰ ਆ ਜਾਂਦੀ ਹੈ ਔਰ ਬਹੁਤ ਸਾਰੀਆਂ ਸਾਡੀਆਂ ਮਾਸਟਰ ਡਿਗਰੀਆਂ ਬਿਫੋਰ ਪਾਰਟੀਸ਼ਨ ਨੇ, ਕੋਈ 31 ਦੇ ਕਰੀਬ ਸਾਡੇ ਕੋਲ PG ਪ੍ਰੋਗਰਾਮ ਨੇ ਜਿਹੜੇ
ਕਿ ਬਾਅਦ ਵਿੱਚ ਕਈ ਕਾਲਜਾਂ ਨੇ ਸ਼ੁਰੂ ਕੀਤੇ ਜਿਵੇਂ ਫਿਜੀਓਥੈਰੇਪੀ ਆ, ਜਿਵੇਂ ਫੂਡ ਸਾਇੰਸਿਸ ਐਂਡ ਟੈਕਨੋਲੋਜੀ ਆ, ਅਤੇ ਬਹੁਤ ਸਾਰੀਆਂ ਐਗਰੀਕਲਚਰ 'ਚ MSc ਨੇ ਉਹ ਵੀ, ਬਾਕੀ ਬਾਕੀ ਤਾਂ ਜਿਵੇਂ ਕੈਮਿਸਟਰੀ ਆ, ਫਿਜਿਕਸ ਆ, ਜੀਓਲੋਜੀ, ਬੋਟਨੀ, ਬਾਇਓਟੈਕਨੋਲੋਜੀ, ਕਮਰਸ ਦੇ ਵਿੱਚ, ਆਰਟਸ ਦੇ ਵਿੱਚ, ਕੰਪਿਊਟਰ ਸਾਇੰਸ ਦੇ ਵਿੱਚ ਸਾਡੇ ਕੋਲ ਸਾਰੇ, ਮਤਲਬ ਕੋਈ ਐਸੀ ਮਾਸਟਰ ਨਹੀਂ ਜਿਹੜੀ ਸਾਡੇ ਕਾਲਜ ਵਿੱਚ ਨਾ ਚੱਲਦੀ ਹੋਵੇ। ਔਰ 27 ਦੇ ਕਰੀਬ ਸਾਡੇ PG ਪ੍ਰੋਗਰਾਮ ਨੇ, ਔਰ ਤੁਸੀਂ ਇਹ ਜਾਣ ਕੇ ਖੁਸ਼ੀ ਹੋਏਗੀ ਵੀ ਇੱਕੋ ਇੱਕ ਖਾਲਸਾ ਕਾਲਜ ਆ ਜਿਹਦੇ ਵਿੱਚ MPhil ਪ੍ਰੋਗਰਾਮ ਵੀ ਚਲਾਇਆ ਜਾ ਰਿਹਾ, MPhil ਮਾਸਟਰ ਆਫ ਫਿਲੋਸਫੀ, ਜਿਹਨੂੰ ਅਸੀਂ ਰਿਸਰਚ ਡਿਗਰੀ ਪ੍ਰੋਗਰਾਮ ਕਹਿੰਦੇ ਹਾਂ। ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅਜਿਹੇ ਪ੍ਰੋਗਰਾਮ ਚਲਾਉਣ ਵਾਲਾ ਇੱਕੋ ਇੱਕ ਕਾਲਜ ਆ। ਇਹਦੇ ਵਿੱਚ ਇਸ ਦੇ ਨਾਲ ਨਾਲ ਕੁਝ PG, ਕੁਝ ਡਿਪਲੋਮੇ ਵੀ, PG ਡਿਪਲੋਮੇ, ਕੁਝ ਡਿਪਲੋਮੇ ਵੀ ਚੱਲਦੇ ਨੇ। ਕੇਵਲ ਅਸੀਂ ਇੱਕ ਰਵਾਇਤੀ ਐਜੂਕੇਸ਼ਨ ਦੇਣ ਤੱਕ ਸੀਮਿਤ ਨਹੀਂ ਗਏ, ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਆ। ਅਸੀਂ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ਦੇ ਤਹਿਤ ਲੋੜਵੰਦ ਔਰਤਾਂ ਨੂੰ, ਲੜਕੀਆਂ ਨੂੰ, ਮਤਲਬ ਸਿਲਾਈ, ਕਟਿੰਗ, ਐਮਬਰਾਇਡਰੀ, ਇਹ ਫਿਰ ਉਹਨਾਂ ਨੂੰ ਮਤਲਬ ਜੈਮ, ਚਾਰ ਮੁਰੱਬੇ, ਉਹ ਸਿਖਲਾਈ ਰੈਗੂਲਰ ਦਿੱਤੀ ਜਾਂਦੀ ਆ, ਔਰ ਉਹਨਾਂ ਦਾ ਅਸੀਂ ਉਹਨਾਂ ਨੂੰ ਇੱਕ ਸਰਟੀਫਿਕੇਟ ਕੋਰਸ ਸਰਟੀਫਿਕੇਟ ਵੀ ਦਿੰਦੇ ਹਾਂ। ਫਿਰ ਸਾਡਾ ਫਾਰਮਰ ਟ੍ਰੇਨਿੰਗ ਸੈਂਟਰ ਆ ਜਿਹਦੇ 'ਚ ਕਿਸਾਨਾਂ ਨੂੰ ਸਮੇਂ ਸਮੇਂ ਜਿਹੜੇ ਸਹਾਇਕ ਧੰਦੇ ਨੇ, ਖੁੰਬਾਂ ਵਗੈਰਾ, ਡੇਅਰੀ ਵਗੈਰਾ, ਜਾਂ ਹੋਰ ਇਹੋ ਜਿਹੇ ਸ਼ਹਿਦ ਵਗੈਰਾ ਦੀ ਮਤਲਬ ਸ਼ੁਰੂਆਤ ਕਰਨ ਲਈ, ਉਹ ਵੀ ਅਸੀਂ ਉਹਨਾਂ ਨੂੰ ਸਿਖਲਾਈ ਦਿੰਦੇ ਹਾਂ। ਔਰ ਸਮੇਂ ਸਮੇਂ ਜਿਵੇਂ ਬਹੁਤ ਸਾਰਾ ਤੁਸੀਂ ਦੇਖਦੇ ਹੀ ਹੋ, ਪੰਜਾਬ 'ਚ ਪੋਲਿਊਸ਼ਨ ਇੱਕ ਬਹੁਤ ਵੱਡਾ ਮਸਲਾ ਬਣ ਗਿਆ। ਅਸੀਂ ਉਹਨਾਂ ਨੂੰ ਖਾਦਾਂ ਕਿਵੇਂ ਘੱਟ ਕਰਕੇ ਤੁਸੀਂ ਉਨਾ ਹੀ ਝਾੜ ਲੈ ਸਕਦੇ ਹੋ, ਦਵਾਈਆਂ ਘੱਟ ਕਰਕੇ ਕਿਵੇਂ ਝਾੜ ਉਵੇਂ ਹੀ ਲੈ ਸਕਦੇ ਹੋ, ਕਿਉਂਕਿ ਅਸੀਂ ਇਹ ਬਹੁਤ ਵੱਡੀ ਬਹੁਤਾਂਤ ਦੇ ਵਿੱਚ ਇਹਦੀ ਵਰਤੋਂ ਕਰ ਰਹੇ ਹਾਂ। ਮਤਲਬ ਖਾਲਸਾ ਕਾਲਜ ਇੱਕ ਡਿਗਰੀ, ਮਾਸਟਰ ਡਿਗਰੀ ਪ੍ਰੋਗਰਾਮ ਦੇ ਦੇਣ ਦੇ ਨਾਲ, ਇੱਕ ਸੇਵਾ ਭਾਵਨਾ ਦੇ ਨਾਲ, ਇੱਕ ਇਨਵਾਇਰਮੈਂਟ ਨੂੰ ਬਚਾਉਣ ਦੇ ਨਾਲ ਨਾਲ ਇੱਕ ਸਾਡਾ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਚੱਲ ਰਿਹਾ, ਜਿਹੜਾ ਵੱਖ ਵੱਖ ਪੱਧਰ 'ਤੇ ਮਤਲਬ ਲੋੜਵੰਦਾਂ ਨੂੰ ਜਾਣਕਾਰੀ ਔਰ ਕਿੱਤਾ ਸਿਖਲਾਈ ਦਿੰਦਾ। ਇਸ ਤੋਂ ਵੀ ਅੱਗੇ ਸਾਡੇ ਖਾਸ ਕਰਕੇ ਐਗਰੀਕਲਚਰ ਫੂਡ ਸਾਇੰਸਿਸ ਦੇ ਵਿਦਿਆਰਥੀ ਏਜੰਟ ਆਫ ਚੇਂਜ ਪ੍ਰੋਗਰਾਮ ਦੇ ਤਹਿਤ ਪਿੰਡਾਂ ਵਿੱਚ ਜਾਂਦੇ ਨੇ, ਕਿਸਾਨਾਂ ਨੂੰ ਵੀ ਤੁਹਾਡਾ ਪਾਣੀ ਦਾ ਲੈਵਲ ਕਿੱਥੇ ਆ, ਕੀ ਸਮੱਸਿਆ ਹੈ, ਤੁਹਾਡੀਆਂ ਬਾਕੀ ਕੀ ਸਮੱਸਿਆਵਾਂ ਨੇ, ਉਹ ਬਕਾਇਦਾ ਉਹ ਸਾਰਾ ਡਾਟਾ ਲੈ ਕੇ ਆਉਂਦੇ ਨੇ, ਕਿਉਂਕਿ ਐਗਰੀਕਲਚਰ ਦੀ ਡਿਗਰੀ ਇਸ ਮਤਲਬ ਪ੍ਰੈਕਟੀਕਲ ਨੌਲੇਜ ਨਾਲ ਜੁੜੀ ਹੋਈ। ਅਤੇ ਇਸ ਕਰਕੇ ਇਹ ਇੱਕ ਅਜਿਹਾ ਕਾਲਜ ਆ ਜਿਹੜਾ ਕਈ ਰਿਸਰਚ ਡਿਗਰੀ, ਮਾਸਟਰ ਡਿਗਰੀ, ਡਿਗਰੀ ਪ੍ਰੋਗਰਾਮ ਦੇਣ ਦੇ ਨਾਲ ਨਾਲ ਇੱਕ ਮਤਲਬ ਸੇਵਾ ਭਾਵਨਾ ਨਾਲ ਇੱਕ ਮਤਲਬ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਤਹਿਤ ਵੀ ਮਤਲਬ ਲੋੜਵੰਦਾਂ ਨੂੰ ਆਪਣੀ ਸਿੱਖਿਆ ਦਿੰਦੇ ਜੀ। ਸਰ, ਅਗਰ ਗੱਲ ਕਰੀਏ ਇਸ ਕਾਲਜ ਨੂੰ ਆਟੋਨਮਸ ਕਾਲਜ ਦਾ ਦਰਜਾ ਮਿਲਿਆ, ਸੋ ਇਹ ਦਰਜਾ ਕਦੋਂ ਮਿਲਿਆ ਔਰ ਇਸ ਦੇ ਨਾਲ ਕੀ ਤਬਦੀਲੀਆਂ ਜਿਹੜੀਆਂ ਕਾਲਜ ਦੇ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਤੋਂ? ਸਾਨੂੰ ਆਟੋਨਮਸ ਕਾਲਜ ਦਾ ਦਰਜਾ 2013-14 'ਚ ਮਿਲਿਆ। ਆਟੋਨਮਸ ਕਾਲਜ ਦਾ ਤੋਂ ਮਤਲਬ ਮੁੱਖ ਰੂਪ ਵਿੱਚ ਇਹਦਾ ਭਾਵ ਇਹ ਆ ਵੀ ਅਸੀਂ ਆਪਣੇ ਸਿਲੇਬਸ ਆਪ ਡਿਜ਼ਾਈਨ ਕਰਦੇ ਹਾਂ, ਅਸੀਂ ਆਪਣਾ ਐਗਜ਼ਾਮ ਆਪ ਲੈਂਦੇ ਹਾਂ, ਮਾਰਕਿੰਗ ਆਪ ਵੀ ਕਰਾਉਂਦੇ ਹਾਂ, ਬਾਹਰੋਂ ਵੀ ਕਰਾਉਂਦੇ ਹਾਂ। ਇਹਦੇ ਵਿੱਚ DMC ਜਿਹੜੇ ਬੱਚਿਆਂ ਨੂੰ ਦਿੱਤੇ ਜਾਂਦੇ ਆ ਹਰ ਸਾਲ ਸਮੈਸਟਰ ਵਾਈਜ਼, ਉਹ ਕਾਲਜ ਹੀ ਦਿੰਦਾ, ਪਰ ਇਹ ਸਾਰੇ ਰਿਜ਼ਲਟ, ਸਾਰਾ ਰਿਕਾਰਡ ਯੂਨੀਵਰਸਿਟੀ ਜਾਂਦਾ ਹੈ। ਯੂਨੀਵਰਸਿਟੀ ਡਿਗਰੀ ਬੱਚਿਆਂ ਨੂੰ ਯੂਨੀਵਰਸਿਟੀ ਪ੍ਰੋਵਾਈਡ ਕਰਦੀ ਆ। ਮਤਲਬ ਆਟੋਨਮਸ ਹੋਣ ਦਾ ਮਤਲਬ ਤੁਹਾਡੇ ਇਹ ਹੁੰਦਾ ਵੀ ਤੁਸੀਂ ਸਮੇਂ ਦੀ ਲੋੜ ਮੁਤਾਬਕ ਜਾਂ ਜੇ ਕੋਈ ਮੰਗ ਐਸੇ ਕੋਰਸ ਦੀ ਆ ਉਹਨੂੰ ਆਪਣੇ ਆਪ ਆਪਣੇ ਬੋਰਡ ਆਫ ਸਟੱਡੀ ਅਕੈਡਮਿਕ ਕੌਂਸਲ ਰਾਹੀਂ ਪਾਸ ਕਰਕੇ ਫਿਰ ਗਵਰਨਿੰਗ ਬੋਰਡ ਰਾਹੀਂ ਤੁਸੀਂ ਸ਼ੁਰੂ ਕਰ ਸਕਦੇ। ਇਹ ਆਟੋਨਮਸ ਕਾਲਜ ਦਾ ਜੇ ਤੁਹਾਡੇ ਕੋਲ ਕੁਆਲੀਫਾਈਡ ਸਟਾਫ ਆ, ਜੇ ਤੁਹਾਡੇ ਕੋਲ ਮਤਲਬ ਤੁਹਾਡੇ ਮੈਨੇਜਮੈਂਟ ਬਹੁਤ ਵਿਜ਼ਨਰੀ ਆ, ਸਾਡੇ ਪ੍ਰਧਾਨ ਸਰਦਾਰ ਸਤਿਆਜੀਤ ਸਿੰਘ ਜੀ ਮਜੀਠੀਆ, ਆਨਰੇਰੀ ਸਕੱਤਰ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਸ਼ੀਨਾ, ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਤੇ ਆਨਰੇਰੀ ਸਕੱਤਰ ਨੇ, ਜਿਹੜੇ ਬਹੁਤ ਬਹੁਤ ਵਿਜ਼ਨ ਰੱਖਦੇ ਨੇ ਔਰ ਵਿੱਦਿਅਕ ਲੋੜਾਂ ਦੇ ਮੁਤਾਬਕ ਪ੍ਰਿੰਸੀਪਲਾਂ ਅਤੇ ਮਤਲਬ ਐਸਾ ਉਹਨਾਂ ਫਰੀ ਹੈਂਡ ਦਿੱਤਾ ਹੈ ਵੀ ਜਿਹੜਾ ਆਟੋਨਮਸ ਕਾਲਜ ਦੀਆਂ ਲੋੜਾਂ 'ਤੇ ਮਤਲਬ ਇੰਨੀਆਂ ਅਸੀਂ ਇਨਫਰਾਸਟਰਕਚਰ ਜਿਹੜਾ ਡਿਵੈਲਪ ਕੀਤਾ ਹੈ ਉਹ ਬੀਇੰਗ ਏ ਆਟੋਨਮਸ ਕਾਲਜ ਕੀਤਾ, ਔਰ ਇਹਦੇ ਵੱਲੋਂ ਮੈਨੇਜਮੈਂਟ ਵੱਲੋਂ ਸਾਨੂੰ ਬਹੁਤ ਕੋਪਰੇਸ਼ਨ ਔਰ ਬਹੁਤ ਫਰੀ ਹੈਂਡ ਆ। ਇਸ ਸਿਸਟਮ ਵੱਲ ਮਤਲਬ ਆਟੋਨਮਸ ਵੱਲ ਹੋਰਨਾਂ ਕਾਲਜਾਂ ਨੂੰ ਵੀ ਵਧਣਾ ਚਾਹੀਦਾ, ਪਰ ਇਹ ਜ਼ਰੂਰ ਆ ਵੀ ਇਹਦੇ 'ਚ ਤੁਹਾਡੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਵੱਧ ਜਾਂਦੀ। ਦੂਸਰਾ ਇਹ ਵੀ ਆ ਵੀ ਤੁਹਾਡੇ ਕੋਲ ਸਟਾਫ
ਕੁਆਲੀਫਾਈਡ ਹੈ ਕਿ ਨਹੀਂ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਵੀ ਖਾਲਸਾ ਕਾਲਜ ਕੋਈ 140 ਦੇ ਕਰੀਬ ਰੈਗੂਲਰ ਸਟਾਫ ਆ, ਜਿਹਦੇ 'ਚੋਂ 95% ਟੀਚਰ ਜਿਹੜੇ ਆ ਉਹ PhD ਨੇ। ਮੈਂ ਜੇ ਕਹਿ ਲਵਾਂ ਵੀ ਪੰਜਾਬ 'ਚ ਐਸਾ ਇੱਕੋ ਇੱਕ ਆਟੋਨਮਸ ਕਾਲਜ ਆ ਜਿਹਦੇ 'ਚ ਸਭ ਤੋਂ ਵੱਧ ਰੈਗੂਲਰ ਸਟਾਫ ਔਰ ਜਿਹਦੇ 'ਚ ਸਭ ਤੋਂ ਵੱਧ ਕੁਆਲੀਫਾਈਡ ਸਟਾਫ। ਸੋ ਖਾਲਸਾ ਕਾਲਜ ਨੂੰ ਇਹ ਵੀ ਇੱਕ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਆਟੋਨਮਸ ਔਰ ਆਟੋਨਮਸ ਦੇ ਨਾਲ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਹੁਣੇ ਦੱਸਿਆ ਕਿ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਹੋਰ ਜ਼ਿਆਦਾ ਹੋ ਜਾਂਦੀ, ਕਿਉਂਕਿ ਤੁਹਾਡੇ 'ਤੇ ਵਿਸ਼ਵਾਸ ਕੀਤਾ ਜਾਂਦਾ ਕਿ ਇਹ ਕਾਲਜ ਆਪਣਾ ਸਿਲੇਬਸ ਖੁਦ ਬਣਾਏਗਾ, ਆਪਣਾ ਅਕੈਡਮਿਕਸ ਸਾਰੇ ਐਗਜ਼ਾਮ ਸਿਸਟਮ ਖੁਦ ਕੰਡਕਟ ਕਰੇ। ਸੋ ਕਿਤੇ ਨਾ ਕਿਤੇ ਇਸ ਦੀ ਐਡਵਾਂਟੇਜ ਵਿਦਿਆਰਥੀਆਂ ਨੂੰ ਵੀ ਮਿਲਦੀ ਹੈ ਔਰ ਸਟਾਫ ਨੂੰ ਵੀ ਮਿਲਦੀ ਹੈ, ਔਰ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਤਿਆਰ ਕਰਵਾਉਣਾ, ਸੋ ਉਸ ਦੇ ਵਿੱਚ ਵੀ ਪਹਿਲਕਦਮੀ ਜਿਹੜੀ ਹੈ ਖਾਲਸਾ ਕਾਲਜ ਨੂੰ ਜਿਹੜੀ ਹਾਸਲ ਹੈ। ਸਰ ਅਗਰ ਗੱਲ ਕਰੀਏ ਖੇਡਾਂ ਦੀ ਤਾਂ ਇਸ ਕਾਲਜ ਦਾ ਖੇਡਾਂ ਦੇ ਵਿੱਚ ਵੀ ਬਹੁਤ ਮਾਣਮੱਤਾ ਇਤਿਹਾਸ ਹੈ। ਸੋ ਕਿਹੜੀਆਂ ਕਿਹੜੀਆਂ ਖੇਡਾਂ ਇਸ ਕਾਲਜ ਵਿੱਚ ਕਰਵਾਈਆਂ ਜਾਂਦੀਆਂ ਔਰ ਕੀ ਇਹਨਾਂ ਦੀਆਂ ਅਚੀਵਮੈਂਟਸ ਉਹਦੇ ਬਾਰੇ ਸਾਡੀ? ਸਾਡਾ ਖੇਡਾਂ ਦੇ ਵਿੱਚ ਇਸ ਕਾਲਜ ਦਾ ਬਹੁਤ ਵੱਡਾ ਨਾਮ ਆ। ਸਰਦਾਰ ਬਲਬੀਰ ਸਿੰਘ, ਸੀਨੀਅਰ ਬਲਬੀਰ ਸਿੰਘ ਜਿਨ੍ਹਾਂ ਨੂੰ ਕਹਿੰਦੇ ਨੇ ਹਾਕੀ ਓਲੰਪੀਅਨ, ਉਹ ਸਾਡੇ ਅਲੂਮਨੀ ਨੇ। ਬਹਾਦਰ ਸਿੰਘ ਗੋਲੇ ਵਾਲੇ, ਪ੍ਰਵੀਨ ਪਾਲ, ਫਿਰ ਬਿਸ਼ਨ ਸਿੰਘ ਬੇਦੀ ਵਰਗੇ, ਇੰਨੀ ਵੱਡੀ ਲੀਗੈਂਸੀ ਆ ਸਪੋਰਟਸ ਦੇ ਵਿੱਚ। ਇਹ ਖਾਲਸਾ ਕਾਲਜ ਦਾ ਜਿਵੇਂ ਮਤਲਬ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ ਨੂੰ ਪ੍ਰਮੋਟ ਕਰਨਾ ਇੱਕ ਫਰਜ਼ ਅਤੇ ਧਰਮ ਸਮਝਿਆ ਜਾਂਦਾ ਹੈ। ਤੁਹਾਨੂੰ ਇਹ ਵੀ ਖੁਸ਼ੀ ਹੋਏਗੀ ਵੀ ਇਸ ਵਾਰੀ ਅਸੀਂ ਕੋਈ 29,000 ਦੇ ਕਰੀਬ ਸਪੋਰਟਸ 'ਚ ਨੰਬਰ ਹਾਸਲ ਕਰਕੇ ਅਤੇ ਯੂਨੀਵਰਸਿਟੀ ਦੇ ਵਿੱਚ ਚੈਂਪੀਅਨ ਬਣੇ ਹਾਂ। ਔਰ ਮਾਣ ਵਾਲੀ ਗੱਲ ਆ ਕਾਲਜ ਲਈ ਵੀ ਸਾਡੇ ਸਪੋਰਟਸ ਦੇ ਵਿਦਿਆਰਥੀਆਂ ਨੇ ਜਿਹੜੇ ਸੈਕਿੰਡ ਰਹੇ ਆ ਉਹਨਾਂ ਤੋਂ 8,000 ਨੰਬਰਾਂ ਦੀ ਲੀਡ 'ਤੇ ਅੱਗੇ ਨੇ। ਔਰ ਇਹ ਇਸ ਤੋਂ ਹੀ ਸਾਡੀ ਸਪੋਰਟਸ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਕੋਈ 335 ਦੇ ਕਰੀਬ ਵਿਦਿਆਰਥੀ ਨੇ ਜਿਨ੍ਹਾਂ ਤੋਂ ਨਾ ਕਾਲਜ ਫੀਸ ਲੈਂਦਾ, ਨਾ ਉਹਨਾਂ ਤੋਂ ਹੋਸਟਲ ਦਾ ਰੈਂਟ ਲੈਂਦਾ, ਉਹਨਾਂ ਦੀ ਫੂਡ ਵੀ ਫਰੀ ਆ, ਉਹ ਕਿਤੇ ਵੀ ਖੇਡਦੇ ਆ, ਕਿਤੇ ਵੀ ਮਤਲਬ ਟ੍ਰੇਨਿੰਗ ਕਰ ਰਹੇ ਆ, ਉਹਨਾਂ ਨੂੰ ਉੱਥੇ ਉਹਨਾਂ ਦੀ ਫੂਡ ਦਿੱਤੀ ਜਾਂਦੀ ਆ ਜਾਂ ਉਸ ਦੇ ਬਰਾਬਰ ਦੇ ਦਾ ਕੈਸ਼ ਉਹਨਾਂ ਨੂੰ ਦਿੱਤਾ ਜਾਂਦਾ। ਸਾਡੇ ਇੰਟਰਨੈਸ਼ਨਲ ਨੈਸ਼ਨਲ ਦੇ ਵਿੱਚ ਸਾਡੇ ਇਸ ਵਾਰੀ ਵਿਦਿਆਰਥੀਆਂ ਨੇ ਬਹੁਤ ਮਤਲਬ ਵੱਡੇ ਇਨਾਮ ਹਾਸਲ ਕੀਤੇ ਨੇ। ਯੂਨੀਵਰਸਿਟੀ ਦੇ ਇਸ ਸਾਲ ਦੇ ਇਨਾਮ ਵੰਡ ਸਮਾਗਮ ਵਿੱਚ ਜਿਹਦੇ 'ਚ 2 ਕਰੋੜ ਰੁਪਇਆ ਕੈਸ਼ ਪ੍ਰਾਈਜ਼ ਆ, ਯੂਨੀਵਰਸਿਟੀ ਦੇ ਅੰਡਰ ਕੋਈ 170 ਦੇ ਕਰੀਬ ਕਾਲਜ ਆ, ਔਰ ਇਹ ਬੜੇ ਵੱਡੇ ਮਾਣ ਦੀ ਗੱਲ ਆ ਵੀ 55 ਲੱਖ ਰੁਪਇਆ ਇਕੱਲੇ ਖਾਲਸਾ ਕਾਲਜ ਦੇ ਵਿਦਿਆਰਥੀ ਹੀ ਉਹ ਇਨਾਮ ਕੈਸ਼ ਅਵਾਰਡ ਹਾਸਲ ਕਰ ਗਏ। ਇਸ ਕਰਕੇ ਸਪੋਰਟਸ ਖਾਲਸਾ ਕਾਲਜ ਦਾ ਇੱਕ ਪੈਸ਼ਨ ਆ। ਤੁਸੀਂ ਸਾਡੀਆਂ ਕਿਤੇ ਗਰਾਊਂਡਾਂ ਦੇਖੋ, ਉਹ ਮਤਲਬ ਇੱਕੋ ਇੱਕ ਇਹ ਕਾਲਜ ਆ ਜਿਹਦੇ ਕੋਲ ਆਪਣਾ ਕ੍ਰਿਕਟ ਦਾ ਵੀ ਕੋਰਟ ਆ ਪਿਛਲੇ ਪਾਸੇ, ਔਰ ਸਾਹਮਣੇ ਪਾਸੇ ਕੋਈ 25 ਏਕੜ ਦੇ ਵਿੱਚ ਸਾਡੀਆਂ ਗਰਾਊਂਡਾਂ ਨੇ, ਪਿੱਛੇ ਕ੍ਰਿਕਟ ਦਾ 9 ਏਕੜ ਦੇ ਵਿੱਚ ਸਾਡਾ 9-10 ਏਕੜ ਦੇ ਵਿੱਚ ਕੋਰਟ ਬਣਿਆ ਹੋਇਆ, ਔਰ ਸਾਡੇ ਹੋਸਟਲ ਦੇ ਵਿੱਚ ਵੀ ਜਿੰਮ ਨੇ, ਲੜਕੀਆਂ ਦੇ ਹੋਸਟਲਾਂ ਦੇ ਵਿੱਚ ਵੀ ਜਿੰਮ ਨੇ, ਉੱਥੇ ਵੀ ਵਿਦਿਆਰਥੀ ਮਤਲਬ ਆਪਦੀ ਪ੍ਰੈਕਟਿਸ ਕਰ ਸਕਦੇ ਆ, ਟ੍ਰੇਨਿੰਗ ਕਰ ਸਕਦੇ ਆ, ਔਰ ਇਹ ਸਾਡਾ ਸਪੋਰਟਸ ਦੇ ਵਿੱਚ ਬਹੁਤ ਵੱਡਾ ਨਾਮ ਆ ਔਰ ਬਹੁਤ ਵੱਡੇ ਨਾਮਵਰ ਅਲੂਮਨੀ ਜਿਹੜੇ ਨੇ ਉਹ ਖਾਲਸਾ ਕਾਲਜ ਨੇ ਪੈਦਾ ਕੀਤਾ। ਖਾਲਸਾ ਕਾਲਜ ਦੀ ਕੋਸ਼ਿਸ਼ ਇਹ ਹੈ ਕਿ ਵਿਦਿਆਰਥੀ ਜਿਹੜੇ ਅੱਛਾ ਮੁਕਾਮ ਹਾਸਲ ਕਰਦੇ ਉਹਨਾਂ ਨੂੰ ਬਿਹਤਰ ਫੈਸਿਲਿਟੀਜ਼ ਜਿਹੜੀਆਂ ਪ੍ਰਦਾਨ ਕੀਤੀਆਂ ਜਾਣ। ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ 2 ਕਰੋੜ ਰੁਪਈਆ ਉਹਨਾਂ ਉੱਤੇ ਜਿਹੜਾ ਉਸ ਤੋਂ ਜ਼ਿਆਦਾ ਜਿਹੜੇ ਪ੍ਰਾਈਜ਼ ਜਿਹੜੇ ਆ ਹਰ ਸਾਲ ਇਹਦੇ ਉੱਤੇ ਜਿਹੜੇ ਖਰਚ ਕੀਤਾ ਜਾਂਦਾ ਸਪੋਰਟਸ ਉੱਤੇ। ਸੋ ਇੱਕ ਵੱਡਾ ਬਜਟ ਜਿਹੜਾ ਰੱਖਿਆ ਤਾਂ ਕਿ ਬਿਹਤਰ ਖਿਡਾਰੀ ਜਿਹੜੇ ਦੇਸ਼ ਵਾਸਤੇ ਪੈਦਾ ਕੀਤੇ ਜਾ ਸਕਣ। ਸਰ ਗੱਲ ਕਰੀਏ ਕਲਚਰ ਦੇ ਵਿੱਚ, ਅਗਰ ਗੱਲ ਕਰੀਏ ਅਸੀਂ ਕਲਚਰਲ ਜਿਹੜੇ ਸਾਡੇ ਪੱਖ ਹੁੰਦਾ ਪੜ੍ਹਾਈ ਦਾ, ਸੋ ਉਸ ਦੇ ਵਿੱਚ ਵੀ ਇਸ ਕਾਲਜ ਦੀਆਂ ਕਾਫੀ ਜਿਹੜੇ ਯੂਥ ਫੈਸਟੀਵਲ ਵਿੱਚ ਵੀ ਮੱਲਾਂ ਮਾਰੀਆਂ ਜਾਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਵੀ ਸਾਡੇ ਕਾਲਜ ਦਾ ਇੱਕ ਬਹੁਤ ਵੱਡਾ ਨਾਮ ਆ। ਮਤਲਬ ਕੇਵਲ ਧਾਲੀਵਾਲ ਵਰਗੇ, ਅਮਰਿੰਦਰ ਗਿੱਲ ਵਰਗੇ, ਉਹ ਬਾਵਾ ਜੀ ਵਰਗੇ, ਇਹ ਸਾਡੇ ਇਹ ਸਾਰੇ ਇਹ ਸਿੰਗਰ, ਇਹ ਕਲਾਕਾਰ, ਥੀਏਟਰ ਕਲਾਕਾਰ ਇਹ ਖਾਲਸਾ ਕਾਲਜ ਨੇ ਪੈਦਾ ਕੀਤੇ ਆ। ਥੀਏਟਰ ਨਾਟਕ ਇੱਕ ਐਸਾ ਮਾਧਿਅਮ ਆ ਜਿਹਦੇ ਨਾਲ ਕਿਸੇ ਗੱਲ ਨੂੰ ਤੁਸੀਂ ਬਹੁਤ ਵੱਡੇ ਪ੍ਰਭਾਵੀ ਤਰੀਕੇ ਨਾਲ ਪੇਸ਼ ਕਰ ਸਕਦੇ ਹੋ। ਇਸ ਵਾਰੀ ਥੀਏਟਰ ਦਾ ਸਬਜੈਕਟ ਵੀ ਅਸੀਂ ਪਹਿਲੀ ਵਾਰ ਆ ਵੀ ਆਪਣੇ ਕੋਰਸਾਂ ਦੇ ਵਿੱਚ ਥੀਏਟਰ ਦਾ ਸਬਜੈਕਟ ਵੀ ਸ਼ੁਰੂ ਕੀਤਾ। ਸਾਡੇ ਉਹਨਾਂ ਵਿਦਿਆਰਥੀਆਂ ਨੂੰ ਵੀ ਉਵੇਂ ਹੀ ਸਹੂਲਤਾਂ ਦਿੱਤੀਆਂ ਜਾਂਦੀਆਂ ਹੈ ਜਿਵੇਂ ਸਪੋਰਟਸ ਦੇ ਵਿੱਚ ਵਿਦਿਆਰਥੀਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ। ਔਰ ਇਹ ਸਾਡਾ ਕੁੜੀਆਂ ਗਿੱਧਾ, ਭੰਗੜਾ, ਸਾਡੀ ਝੂਮਰ
ਕਈ ਫਿਲਮਾਂ ਦੇ ਵਿੱਚ ਜਿਵੇਂ ਅੰਗਰੇਜ਼ ਫਿਲਮ, ਹੋਰ ਵੀ ਕਈ ਫਿਲਮਾਂ 'ਚ ਸਾਡੀ ਝੂਮਰ ਜਿਹੜੀ ਆ ਉਹ ਪੂਰੇ ਨੌਰਥ ਜ਼ੋਨ ਨੇ ਸਾਡਾ ਜਿਹੜਾ ਇੰਡੀਆ ਦਾ ਉਹਦੇ ਵਿੱਚ ਉਹਦਾ ਇੱਕ ਵੱਡਾ ਨਾਮ ਆ। ਔਰ ਇਹ ਮਤਲਬ ਮੈਂ ਦੱਸਣਾ ਨਾਲ ਇਹ ਚਾਹਵਾਂਗਾ ਵੀ ਅਸੀਂ ਕਲਚਰਲ ਐਕਟੀਵਿਟੀ ਦੇ ਵਿੱਚ ਆਪਣੀ ਪੰਜਾਬ ਦੀ ਵਿਰਾਸਤ ਸਾਂਭੀ ਹੋਈ। ਇਸ ਕਾਲਜ ਦੇ ਅਲੂਮਨੀ ਜਿਹੜੇ ਹੈ ਉਸਨੇ ਬਹੁਤ ਵੱਡਾ ਨਾਮ ਹੈ ਔਰ ਪੰਜਾਬ ਦੇ ਬਹੁਤ ਸਾਰੇ ਸਿੰਗਰ, ਬਹੁਤ ਸਾਰੇ ਕਲਾਕਾਰ, ਪੰਜਾਬੀ ਜਿਹੜੇ ਆਰਟਿਸਟ ਨੇ ਉਹ ਇਸ ਕਾਲਜ ਤੋਂ ਨਿਕਲੇ ਨੇ ਔਰ ਇਸ ਕਾਲਜ ਦਾ ਨਾਮ ਜਿਹੜਾ ਪੂਰੀ ਦੁਨੀਆ ਵਿੱਚ ਜਿਹੜਾ ਉਸ ਨੂੰ ਪ੍ਰਸਾਰ ਰਹੇ ਨੇ। ਸੋ ਕਿਤੇ ਨਾ ਕਿਤੇ ਸਰ ਤੁਸੀਂ ਜਿਹੜੀ ਆਪਣੀ ਅਲੂਮਨੀ ਹੈ ਉਸ ਦੇ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਰਾਬਤਾ ਹੈ? ਕੀ ਕੋਈ ਅਲੂਮਨੀ ਮੀਟ ਤੁਸੀਂ ਹਰ ਸਾਲ ਔਰਗਨਾਈਜ਼ ਕਰਦੇ ਹੋ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ? ਸਾਡੇ ਪ੍ਰਧਾਨ ਸਾਹਿਬ ਜੀ ਦਾ ਮਨਸ਼ਾ ਸੀ ਵੀ ਅਸੀਂ ਕਾਲਜ ਦੀ ਫਾਊਂਡੇਸ਼ਨ ਦੇ ਨਾਲ ਜਿਹੜੀ ਕਿ 5 ਮਾਰਚ ਆ ਉਸ ਦਿਨ ਨੂੰ ਅਲੂਮਨੀ ਡੇ ਮਨਾਇਆ ਕਰੀਏ। ਇਸ ਵਾਰੀ ਤੋਂ ਅਸੀਂ 5 ਮਾਰਚ ਤੋਂ ਅਲੂਮਨੀ ਡੇ ਮਨਾਇਆ, ਪਹਿਲਾਂ ਮਨਾਉਂਦੇ ਹਰ ਸਾਲ ਪਰ ਉਹ 5 ਮਾਰਚ ਸਾਡੇ ਵਰਦੀ ਪ੍ਰੈਜੀਡੈਂਟ ਸਾਹਿਬ ਨੇ ਫਿਕਸ ਕਰ ਦਿੱਤਾ ਹੋਇਆ ਅਤੇ ਉਹਦੇ ਵਿੱਚ ਸਾਡੇ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਅਲੂਮਨੀ ਜਿਹੜੇ ਨੇ ਉਹ ਪਾਰਟੀਸਪੇਟ ਕਰਦੇ ਨੇ ਬਹੁਤ ਉੱਚੇ ਮੁਕਾਮ 'ਤੇ, IAS, IPS, IRS ਔਰ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਥੀਏਟਰ ਦੇ ਵਿੱਚ ਔਰ ਸਪੋਰਟਸ ਦੇ ਵਿੱਚ ਔਰ ਡਿਫੈਂਸ ਸਰਵਿਸ ਦੇ ਵਿੱਚ, ਮਤਲਬ ਖਾਲਸਾ ਕਾਲਜ ਦਾ ਅਲੂਮਨੀ, ਮਤਲਬ ਤੁਸੀਂ ਇੱਥੇ ਦੇਖ ਲਓ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਵੀ ਸਾਡੇ ਅਲੂਮਨੀ ਰਹੇ ਨੇ। ਇੰਨੀ ਸਾਡੀ ਤਗੜੀ ਲੀਗੈਂਸੀ ਆ ਵੀ ਜਦੋਂ ਇਹ ਸਾਡੇ ਮੇਨ ਹਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਹਾਲ ਦੇ ਵਿੱਚ ਅਸੀਂ ਕਰਦੇ ਹਾਂ ਅਤੇ ਉਹ ਹਾਲ ਪੂਰਾ ਭਰ ਜਾਂਦਾ ਹੈ। ਔਰ ਇਹ ਖਾਸ ਗੱਲ ਇਹ ਹੁੰਦੀ ਆ ਵੀ ਉਹ ਅਲੂਮਨੀ ਆ ਕੇ ਸਟੇਜ 'ਤੇ ਆਪਣਾ ਪ੍ਰੋਗਰਾਮ, ਕਲਚਰਲ ਪ੍ਰੋਗਰਾਮ ਵੀ ਦਿੰਦੇ ਨੇ। ਸਟਿਲ ਵੀ ਉਹ ਭਾਵੇਂ ਕੋਈ 75 ਸਾਲ ਦਾ ਹੋ ਗਿਆ, ਕੋਈ 80 ਸਾਲ ਦਾ ਹੋ ਗਿਆ, ਕੋਈ 65-70 ਸਾਲ ਦੇ, ਉਹ ਆਪਣਾ ਪ੍ਰੋਗਰਾਮ ਵੀ ਦਿੰਦੇ ਆ। ਇਸ ਕਰਕੇ ਅਲੂਮਨੀ ਦਾ ਕਿਸੇ ਕਾਲਜ ਦੀ ਡਿਵੈਲਪਮੈਂਟ 'ਚ ਬਹੁਤ ਵੱਡਾ ਰੋਲ ਹੁੰਦਾ ਹੈ ਔਰ ਸਾਡੀ ਅਲੂਮਨੀ ਵੀ ਬਹੁਤ ਗਲੋਬਲ ਲੈਵਲ 'ਤੇ ਫੈਲੀ ਹੋਈ ਹੈ ਔਰ ਵੈੱਲ ਅਵੇਅਰ ਆ। ਉਹ ਸਟਿਲ ਵੀ ਖਾਲਸਾ ਕਾਲਜ ਉਹਨਾਂ ਦੇ ਹਿਰਦਿਆਂ 'ਚ ਵੱਸਦਾ ਹੈ ਅਤੇ ਉਹ ਸਮੇਂ ਸਮੇਂ ਸਾਡੇ ਨਾਲ ਤਾਲਮੇਲ ਰੱਖਦੇ ਆ ਔਰ ਆਪਣੀ ਪੂਰੀ ਮੈਂਟਲੀ, ਪੂਰੀ ਮਤਲਬ ਫਾਈਨੈਂਸ਼ਲੀ ਪੂਰੀ ਸਾਡੇ ਨਾਲ ਉਹ ਮਦਦ ਵੀ ਕਰਦੇ ਨੇ ਔਰ ਵੱਧ ਚੜ੍ਹ ਕੇ ਹਿੱਸਾ ਇਸ ਅਲੂਮਨੀ ਮੀਟ ਵਿੱਚ ਲੈਂਦੇ। ਸਰ ਅਗਰ ਗੱਲ ਕਰੀਏ ਇਸ ਬਹੁਤ ਪ੍ਰੈਸਟੀਜੀਅਸ ਕਾਲਜ ਵਿੱਚ ਬਹੁਤ ਸਾਰੇ ਵਿਦਿਆਰਥੀ ਦਾਖਲਾ ਲੈਣਾ ਚਾਹੁੰਦੇ ਆ, ਸੋ ਉਹਨਾਂ ਵਾਸਤੇ ਕੀ ਕੋਈ ਵੈਬਸਾਈਟ ਜਾਂ ਕੋਈ ਕੀ ਸੰਪਰਕ ਸੂਤਰ ਜਿਹੜਾ ਤੁਸੀਂ ਬਣਾਇਆ ਤਾਂ ਕਿ ਜਿਹੜੇ ਦੂਰੋਂ ਦੂਰੋਂ ਵਿਦਿਆਰਥੀ ਵੀ ਚਾਹੁੰਦੇ ਇਸ ਕਾਲਜ 'ਚ ਐਡਮਿਸ਼ਨ ਲੈਣ ਵਾਸਤੇ ਉਹਨਾਂ ਨੂੰ ਤੁਸੀਂ ਕੀ ਪਲੇਟਫਾਰਮ ਜਿਹੜਾ ਮੁਹੱਈਆ ਕਰਵਾ ਰਹੇ? ਤਾਂ ਇਹਦੇ ਸੰਬੰਧੀ ਕਾਲਜ ਦੀ ਵੈਬਸਾਈਟ ਬਣੀ ਹੋਈ ਆ, ਕੋਈ ਬੱਚਾ ਕਿਤੇ ਵੀ ਬੈਠਾ ਹੋਇਆ ਉਹ ਵੈਬਸਾਈਟ ਖੋਲ੍ਹ ਕੇ ਉਹ ਆਪਣੀ ਔਨਲਾਈਨ ਰਜਿਸਟ੍ਰੇਸ਼ਨ ਕਰਾ ਸਕਦਾ ਔਰ ਸਾਡੇ ਔਨਲਾਈਨ ਦਾਖਲੇ ਹੁੰਦੇ ਆ। ਇਹ ਮਤਲਬ ਇਹ ਅਸੀਂ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਹੋਈ। ਫਿਰ ਅਸੀਂ ਇੱਕ ਛੱਤ ਦੇ ਥੱਲੇ, ਇਹ ਸਾਡਾ ਇੱਕ ਐਡਮ ਬਲਾਕ ਆ, ਉਹ ਪ੍ਰੋਸਪੈਕਟ ਦੇਣ ਤੋਂ ਰੋਲ ਨੰਬਰ ਲੈਣ ਤੱਕ ਵੱਖ ਵੱਖ ਥਾਵਾਂ 'ਤੇ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ। ਉਹਦੇ ਅੰਦਰ ਹੀ ਫੋਟੋਸਟੈਟ ਦੀ ਮਸ਼ੀਨ ਵੀ ਆ, ਪਾਣੀ ਪੀਣ ਦੀ ਸਹੂਲਤ ਵੀ ਆ, ਮਤਲਬ ਉਹ ਭਾਵੇਂ ਨਾਲ ਪੇਰੈਂਟਸ ਵੀ ਨਾਲ ਹੁੰਦੇ ਨੇ ਔਰ ਉਹ ਇੱਕ ਛੱਤ ਦੇ ਥੱਲੇ ਦਾਖਲੇ ਦੀ ਪ੍ਰੋਵੀਜ਼ਨ ਆ ਔਰ ਸਾਡਾ ਵਿਦਿਆਰਥੀਆਂ ਨੂੰ ਪੂਰਾ ਪ੍ਰੋਸਪੈਕਟ ਅਸੀਂ ਵੈਬਸਾਈਟ 'ਤੇ ਪਾਇਆ ਹੋਇਆ ਔਰ ਸਾਡੇ ਦਾਖਲੇ ਦੇ ਕਾਫੀ ਸਾਡੇ ਜਿਹੜੇ ਕੋਰਸ ਨੇ ਉਹ ਐਂਟਰੈਂਸ ਟੈਸਟ ਰਾਹੀਂ ਆ, ਉਹ ਵੀ ਵਿਦਿਆਰਥੀਆਂ ਨੂੰ ਵੈਬਸਾਈਟ ਰਾਹੀਂ ਘਰ ਬੈਠਿਆਂ ਉਹਨਾਂ ਨੂੰ ਆਪਦੇ ਇਲਾਕੇ 'ਚ ਬੈਠਿਆਂ ਉਹਦੀ ਜਾਣਕਾਰੀ ਮਿਲ ਜਾਂਦੀ ਔਰ ਇਸ ਕਿਸਮ ਦਾ ਹੁਣ ਦਾਖਲੇ ਦੇ ਦਿਨ ਚੱਲਦੇ ਪਏ ਆ। ਇਹ ਸਾਰਾ ਫਾਇਦਾ ਉਹ ਵਿਦਿਆਰਥੀ ਉਠਾ ਰਿਹਾ ਔਰ ਇਹ ਸਾਡੇ ਤਕਰੀਬਨ ਮਤਲਬ ਪੰਜਾਬ ਹੀ ਨਹੀਂ, ਮਤਲਬ ਇਹ ਹਿਮਾਚਲ, ਜੰਮੂ ਕਸ਼ਮੀਰ, ਸ਼੍ਰੀਨਗਰ ਦੇ ਬੱਚਿਆਂ ਦੀ ਵੀ ਸਾਡੇ ਕੁਝ ਐਸੇ ਕੋਰਸ ਆ ਵੀ ਜਿਹੜੀ ਉਹਨਾਂ ਦੀ ਪਹਿਲੀ ਚੋਣ ਜਿਹੜੀ ਹੈ ਸਾਡੀ ਸੰਸਥਾ ਹੀ ਹੁੰਦੀ ਆ। ਕਿਉਂਕਿ ਇਹ ਕਾਲਜ ਦੇ ਵਿੱਚ ਜੋ ਅਸੀਂ RO ਸਿਸਟਮ ਸਹੂਲਤਾਂ ਨੇ, ਹਰ PG ਡਿਪਾਰਟਮੈਂਟ ਦੀ ਆਪਣੀ ਇੰਡੀਪੈਂਡੈਂਟ ਲਾਇਬ੍ਰੇਰੀ ਆ, ਉਹ ਇੰਟਰਨੈਟ ਨਾਲ ਜੁੜੀ ਹੋਈ ਆ, ਉੱਥੋਂ ਵੀ ਵਿਦਿਆਰਥੀ ਵਿਭਾਗ ਦੀਆਂ ਕਿਤਾਬਾਂ ਇਸ਼ੂ ਕਰਾ ਸਕਦਾ, ਪੜ੍ਹ ਸਕਦਾ ਔਰ ਤੁਹਾਨੂੰ ਖੁਸ਼ੀ ਹੋਏਗੀ ਵੀ ਸਾਡੇ ਹੋਸਟਲਾਂ ਦੇ ਵਿੱਚ ਵੀ ਲਾਇਬ੍ਰੇਰੀਆਂ, ਮਤਲਬ ਹੋਸਟਲ ਦੇ ਵਿੱਚ ਵੀ ਲਾਇਬ੍ਰੇਰੀ ਦੀ ਮਤਲਬ ਪੜ੍ਹਨ ਦੀ ਸਹੂਲਤ ਆ, ਉੱਥੇ ਵੀ ਇੰਟਰਨੈਟ ਦੀ ਸਹੂਲਤ ਆ। ਫਿਰ ਅਸੀਂ ਇਹ ਸਾਰੇ ਹੋਸਟਲਾਂ ਦੇ ਵਿੱਚ ਸਹੂਲਤਾਂ, RO ਸਿਸਟਮ ਆ, ਸਾਰਾ ਇਹ ਸਾਰੀਆਂ ਕੁਝ ਸਹੂਲਤਾਂ, ਉੱਥੇ ਵੀ ਛੋਟੀਆਂ ਛੋਟੀਆਂ ਪਲੇਗਰਾਊਂਡ ਨੇ ਬੱਚਿਆਂ ਨੂੰ ਖੇਡਣ ਲਈ, ਲੜਕੀਆਂ ਦੇ, ਮਤਲਬ ਸਾਰੀਆਂ ਇਹ ਮਤਲਬ ਪੂਰੇ ਕੈਂਪਸ ਦੇ ਵਿੱਚ ਹਰ ਬਲੋਕ ਦੇ ਵਿੱਚ ਕੰਟੀਨ ਦੀ ਸਹੂਲਤ ਆ, ਫਿਰ ਉਹਨਾਂ ਨੂੰ ਉੱਥੇ RO ਦੀ ਸਹੂਲਤ ਆ,
ਔਰ ਸਾਡੀ ਜਿਹੜੀ ਮੇਨ ਲਾਇਬ੍ਰੇਰੀ ਆ ਬਹੁਤ ਵੱਡੀ ਲਾਇਬ੍ਰੇਰੀ ਆ ਜਿਹਦੇ ਵਿੱਚ ਇੰਟਰਨੈਟ ਸਾਰੇ ਕੁਝ ਦੀ ਸਹੂਲਤ ਆ, ਮਤਲਬ ਈ ਲਾਇਬ੍ਰੇਰੀ ਦੀ ਵੀ ਸਹੂਲਤ ਆ ਵੀ ਵਿਦਿਆਰਥੀ ਜਿੱਥੋਂ ਮਰਜ਼ੀ ਕਿਤਾਬ ਵੇਖ ਕੇ ਪੜ੍ਹ ਸਕਦਾ। ਔਰ ਉਹ ਬਹੁਤ ਸਾਡਾ ਫੈਸਿਲਿਟੀ ਵਾਈਜ਼ ਜੇ ਅਸੀਂ ਦੇਖੀਏ ਵੀ ਜਿੰਨੀਆਂ ਅਸੀਂ ਸਹੂਲਤਾਂ ਨੇ ਇਸ ਕਾਲਜ 'ਚ ਬਹੁਤ ਤੁਹਾਨੂੰ ਘੱਟ ਜਾਂ ਵਿਰਲੀਆਂ ਸੰਸਥਾਵਾਂ 'ਚ ਮਿਲਣਗੀਆਂ। ਸਾਡੀ ਮੈਨੇਜਮੈਂਟ, ਸਾਡਾ ਸਟਾਫ ਸੋਚਦਾ ਵੀ ਅਸੀਂ ਇਹਨਾਂ ਨੂੰ ਆਏ ਸੈਸ਼ਨ ਵੱਧ ਤੋਂ ਵੱਧ ਹੋਰ ਕਿਹੜੀ ਸਹੂਲਤ ਦੇ ਸਕਦੇ, ਹੋਰ ਕੀ ਕਰ ਸਕਦੇ ਹਾਂ। ਇਸ ਕਰਕੇ ਇਹ ਸਹੂਲਤਾਂ ਕਰਕੇ, ਡਿਸਿਪਲਿਨ ਕਰਕੇ ਸਾਡੇ ਮੁੱਲ ਪੂਰੇ ਇਲਾਕੇ ਦੇ ਵਿੱਚ ਇਹ ਕਾਲਜ ਪਹਿਲੀ ਪਸੰਦ ਆ ਵਿਦਿਆਰਥੀਆਂ। ਸਮਾਂ ਬਹੁਤ ਤੇਜ਼ੀ ਦੇ ਨਾਲ ਜਾ ਰਿਹਾ, ਲੇਕਿਨ ਇਸ ਕਾਲਜ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਚੰਦ ਮਿੰਟਾਂ ਵਿੱਚ ਸਮਾਉਣਾ ਸ਼ਾਇਦ ਸੰਭਵ ਨਹੀਂ। ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਕਾਲਜ ਬਾਰੇ ਅਸੀਂ ਹੋਰ ਵੀ ਜ਼ਿਆਦਾ ਜਿਹੜੀ ਚਰਚਾ ਕਰਾਂਗੇ, ਇਸ ਕਾਲਜ ਬਾਰੇ ਜਿਹੜੀ ਹੋਰ ਜ਼ਿਆਦਾ ਵਿਸਤਾਰ ਦੇ ਨਾਲ ਦਰਸ਼ਕਾਂ ਨੂੰ ਰੂਬਰੂ ਕਰਾਵਾਂਗੇ। ਸੋ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਆ ਉਹ ਖਾਲਸਾ ਕਾਲਜ ਦੇ ਵਿੱਚ ਆ ਕੇ ਆਪਣਾ ਭਵਿੱਖ ਜਿਹੜਾ ਉਹ ਸੁਧਾਰਨ ਵਾਸਤੇ ਇਸ ਨੂੰ ਪਹਿਲੀ ਪਸੰਦ ਦੇ ਤੌਰ 'ਤੇ ਦੇਖਣਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਥੈਂਕ ਯੂ ਜੀ।